ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੀਆਂ ਭੈਣਾਂ ਅਤੇ ਮੇਰੇ ਵੀਰਾਂ ਦਾ ਮੇਰੇ ਚੈਨਲ ਦੇ ਵਿੱਚ ਸਵਾਗਤ ਆ। ਅੱਜ ਦੀ ਆਪਾਂ ਨਵੀਂ ਡਿਸ਼ ਲੈ ਕੇ ਆਏ ਹਾਂ, ਅਲਸੀ ਦੀਆਂ ਪਿੰਨੀਆਂ ਬਣਾਉਣ ਦਾ ਤਰੀਕਾ। ਇਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਅਤੇ ਕਿਵੇਂ ਬਣਾਉਣੀਆਂ ਪਿੰਨੀਆਂ, ਆਓ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਆਪਾਂ ਇਹ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਇਹ ਸਮਾਨ ਲਿਆ। ਇਹ ਆਪਾਂ 250 ਗ੍ਰਾਮ ਅਲਸੀ ਲਈ ਆ, ਅਤੇ 1/2 ਕਿਲੋ ਬੇਸਣ ਲਿਆ, 1 ਕਿਲੋ ਸ਼ੱਕਰ ਲਈ ਆ, 1/2 ਕਿਲੋ ਦੇਸੀ ਘਿਓ ਲਿਆ। ਉਹਦੇ ਵਿੱਚ ਪਾਉਣ ਲਈ ਆਪਾਂ ਆਹ ਥੋੜ੍ਹੇ ਜਿਹੇ ਡਰਾਈ ਫਰੂਟ ਲਏ ਆ, ਇਹ ਥੋੜ੍ਹੇ ਥੋੜ੍ਹੇ ਡਰਾਈ ਫਰੂਟ ਆ, ਮਗਜ਼, ਬਦਾਮ। ਬਦਾਮਾਂ ਨੂੰ ਮੈਂ ਗ੍ਰੈਂਡ ਨਹੀਂ ਕੀਤਾ, ਇਹਨਾਂ ਨੂੰ ਬਰੀਕ ਬਰੀਕ ਜਿਹੜਾ ਆਪਾਂ ਕੱਟ ਲਿਆ ਸੀ। ਇਹ ਕਾਜੂ ਲਏ ਆ ਬਰੀਕ ਬਰੀਕ ਕੱਟੇ ਹੋਏ, ਥੋੜ੍ਹੇ ਜਿਹੇ ਥੋੜ੍ਹੇ ਜਿਹੇ ਕਿਸ਼ਮਿਸ਼ ਅਤੇ ਨਾਰੀਅਲ ਕੱਦੂਕਸ ਕੀਤਾ ਹੋਇਆ। ਇਹ ਖਸਖਸ ਆ ਥੋੜ੍ਹੀ ਜਿਹੀ ਲਈ ਆ, ਇਸ ਨੂੰ ਪੀਸ ਲਿਆ ਸੀਗਾ। ਆਪਾਂ ਲਿਆ ਬੇਸਣ 1/2 ਕਿਲੋ, ਆਪਣੀ ਮਰਜ਼ੀ ਆ, ਜੇ ਤੁਸੀਂ ਬਰਾਬਰ ਦੀ ਅਲਸੀ ਪਾਉਣਾ ਚਾਹੁੰਦੇ ਹਾਂ ਤਾਂ ਆਪਾਂ ਬਰਾਬਰ 500 ਗ੍ਰਾਮ ਹੀ ਅਲਸੀ ਲੈ ਸਕਦੇ ਹਾਂ। ਅਤੇ ਮੈਂ ਜਿਹੜੀ ਅਲਸੀ ਲਈ ਆ ਇਹ 250 ਗ੍ਰਾਮ ਲਈ ਆ। ਹੁਣ ਆਪਾਂ ਅਲਸੀ ਨੂੰ ਭੁੰਨਾਂਗੇ। ਕੜਾਹੀ ਨੂੰ ਆਪਾਂ ਗੈਸ ਉੱਪਰ ਰੱਖ ਦਿੱਤਾ, ਗੈਸ ਚਾਲੂ ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਅਲਸੀ ਭੁੰਨਾਂਗੇ। ਅਲਸੀ ਨੂੰ ਭੁੰਨਣ ਦੇ ਵਾਸਤੇ ਘਿਓ ਦੀ ਲੋੜ ਨਹੀਂ ਪੈਂਦੀ, ਅਲਸੀ ਨੂੰ ਇੱਦਾਂ ਹੀ ਭੁੰਨਿਆ ਜਾਂਦਾ ਬਿਨਾਂ ਘਿਓ ਤੋਂ। ਅਲਸੀ ਨੂੰ ਓਨੀ ਦੇਰ ਆਪਾਂ ਭੁੰਨਣਾ ਜਿੰਨੀ ਦੇਰ ਇਹਦੇ ਵਿੱਚੋਂ ਖੁਸ਼ਬੂ ਆਉਣ ਨਾ ਲੱਗ ਜਾਵੇ। ਮੀਡੀਅਮ ਸੇਕ ਰੱਖ ਕੇ ਅਲਸੀ ਨੂੰ ਭੁੰਨਾਂਗੇ। ਅਲਸੀ ਜਦੋਂ ਭੁੰਨਦੇ ਹਾਂ ਅਤੇ ਉਦੋਂ ਇਹਦੇ ਵਿੱਚੋਂ ਆਵਾਜ਼ ਆਉਂਦੀ ਆ ਅਲਸੀ ਭੁੰਨਣ ਦੀ, ਫਿਰ ਇਹਦੇ ਵਿੱਚੋਂ ਹਲਕੀ ਜਿਹੀ ਜਿਹੜੀ ਖੁਸ਼ਬੂ ਆਉਂਦੀ ਆ, ਬਹੁਤ ਵਧੀਆ। ਆਪਾਂ ਉਨੀ ਦੇਰ ਜਿਹੜਾ ਅਲਸੀ ਨੂੰ ਭੁੰਨਾਂਗੇ। ਆ ਦੇਖੋ ਅਲਸੀ ਦੀ ਜਿਹੜੀ ਆਵਾਜ਼ ਆ ਰਹੀ ਆ। ਅਲਸੀ ਭੁੰਨਣ 'ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਬਸ 2-4 ਮਿੰਟ ਦੇ ਵਿੱਚ ਜਿਹੜੀ ਆਪਣੀ ਅਲਸੀ ਭੁੱਜ ਜਾਂਦੀ ਆ, ਬਹੁਤਾ ਟਾਈਮ ਨਹੀਂ ਲੱਗਦਾ। ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਨੂੰ ਨਾ ਤਾਂ ਜ਼ਿਆਦਾ ਟਾਈਮ ਦੀ ਲੋੜ ਆ ਅਤੇ ਨਾ ਹੀ ਜ਼ਿਆਦਾ ਆਪਾਂ ਨੂੰ ਸਮਾਨ ਦੀ ਲੋੜ ਆ। ਬਹੁਤ ਹੀ ਸੌਖੇ ਅਤੇ ਈਜ਼ੀ ਤਰੀਕੇ ਦੇ ਨਾਲ ਜਿਹੜਾ ਆਪਾਂ ਅਲਸੀ ਦੀਆਂ ਪਿੰਨੀਆਂ ਘਰ ਬਣਾ ਕੇ ਤਿਆਰ ਕਰ ਸਕਦੇ ਹਾਂ। ਅਲਸੀ ਜਿਹੜੀ ਆਪਾਂ ਭੁੰਨ ਲਈ ਆ ਅਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੇ। ਜਦੋਂ ਇਹ ਥੋੜ੍ਹੀ ਜਿਹੀ ਠੰਡੀ ਹੋ ਗਈ ਉਸ ਤੋਂ ਬਾਅਦ ਆਪਾਂ ਇਹਨੂੰ ਗ੍ਰੈਂਡ ਕਰ ਲਵਾਂਗੇ। ਅਲਸੀ ਨੂੰ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਠੰਡਾ ਹੋਣ ਤੋਂ ਬਾਅਦ ਗ੍ਰੈਂਡ ਕਰਾਂਗੇ, ਇਸਦਾ ਜਿਹੜਾ ਆਪਾਂ ਪਾਊਡਰ ਬਣਾਵਾਂਗੇ। ਲਓ ਜੀ, ਆਪਾਂ ਮਿਕਸੀ ਦੇ ਵਿੱਚ ਗ੍ਰੈਂਡ ਕਰ ਲਿਆ ਅਤੇ ਇਸਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ। ਹੁਣ ਆਪਾਂ ਬੇਸਣ ਨੂੰ ਭੁੰਨਾਂਗੇ। ਇਹ ਆਪਾਂ ਘਿਓ ਜਿਹੜਾ ਬੇਸਣ ਦੇ ਬਰਾਬਰ ਹੀ ਲਿਆ, ਜਿਵੇਂ ਬੇਸਣ ਆਪਣਾ 1/2 ਕਿਲੋ 500 ਗ੍ਰਾਮ, ਅਤੇ ਘਿਓ ਵੀ ਓਨਾ ਹੀ ਲਿਆ। ਘਿਓ ਨੂੰ ਜਿਹੜਾ ਆਪਾਂ ਪੂਰਾ ਨਹੀਂ ਪਾਵਾਂਗੇ, ਥੋੜ੍ਹਾ ਜਿਹਾ ਵਿੱਚੋਂ ਇਹਦਾ ਘਿਓ ਬਚਾ ਕੇ ਰੱਖਾਂਗੇ। ਜੇ ਆਪਾਂ ਨੂੰ ਲੋੜ ਹੋਰ ਲੱਗੀ ਤਾਂ ਆਪਾਂ ਬੇਸਣ ਦੇ ਵਿੱਚ ਘਿਓ ਆ ਜਿਹੜਾ ਹੋਰ ਪਾ ਦੇਵਾਂਗੇ। ਘਿਓ ਆ ਜਿਹੜਾ ਆਪਾਂ ਗਰਮ ਕਰਦੇ ਹਾਂ ਪਹਿਲਾਂ। ਘਿਓ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ।
ਹੁਣ ਇਹਦੇ ਵਿੱਚ ਬੇਸਣ ਪਾਵਾਂਗੇ। ਘਿਓ ਦੇ ਵਿੱਚ ਬੇਸਣ ਜਿਹੜਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਗੈਸ ਨੂੰ ਜਿਹੜਾ ਲੋਅ ਕਰ ਲੈਣਾ ਪਹਿਲਾਂ, ਤਾਂ ਕਿ ਜਿਹੜਾ ਆਪਣਾ ਥੋੜ੍ਹਾ ਟਾਈਮ ਲੱਗ ਜਾਂਦਾ ਘਿਓ ਦੇ ਵਿੱਚ ਬੇਸਣ ਮਿਕਸ ਕਰਦੇ, ਵੀ ਜਿਹੜੀਆਂ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਗੰਢਾਂ ਬਣ ਜਾਂਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ। ਹਲਕਾ ਹਲਕਾ ਇਹਨੂੰ ਹਿਲਾ ਕੇ ਜਿਹੜੀਆਂ ਇਹਦੀਆਂ ਸਾਰੀਆਂ ਗੰਢਾਂ ਆਪਾਂ ਖੁਰਚਣੇ ਦੇ ਨਾਲ ਲਗਾਤਾਰ ਹਿਲਾਵਾਂਗੇ ਅਤੇ ਮਿਕਸ ਕਰਾਂਗੇ। ਬੇਸਣ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਘਿਓ ਹੋਰ ਪਾਵਾਂਗੇ, ਤਾਂ ਕਿ ਜਿਹੜਾ ਬੇਸਣ ਭੁੰਨਣ ਵਿੱਚ ਥੋੜ੍ਹੀ ਆਸਾਨੀ ਹੋ ਜਾਵੇ। ਲਓ ਜੀ ਆਪਾਂ 2 ਚਮਚੇ ਜਿਹੜੇ ਘਿਓ ਦੇ ਪਾ ਦਿੱਤੇ ਆ, ਬੇਸਣ ਜਿਹੜਾ ਆਪਾਂ ਨੂੰ ਭੁੰਨਣਾ ਸੌਖਾ ਹੋ ਜੂਗਾ। ਥੋੜ੍ਹੇ ਘਿਓ ਦੇ ਵਿੱਚ ਜਦੋਂ ਘਿਓ ਘੱਟ ਪਾ ਲਈਏ ਤਾਂ ਥੋੜ੍ਹੀ ਮੁਸ਼ਕਲ ਆ ਜਾਂਦੀ ਹੈ ਬੇਸਣ ਭੁੰਨਣ ਦੇ ਵਿੱਚ। ਇਹਨੂੰ ਆਪਾਂ ਲਗਾਤਾਰ ਹਿਲਾਵਾਂਗੇ ਤਾਂ ਕਿ ਜਿਹੜਾ ਆਪਣਾ ਬੇਸਣ ਥੱਲੇ ਨਾ ਲੱਗੇ, ਸੜੇ ਨਾ। ਘਿਓ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ, ਜਿਹੜੀਆਂ ਇਹਦੀਆਂ ਗੰਢਾਂ ਸੀ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਗਈਆਂ। ਹੁਣ ਆਪਾਂ ਜਿਹੜਾ ਮੀਡੀਅਮ ਸੇਕ 'ਤੇ ਇਹਨੂੰ ਹੌਲੀ ਹੌਲੀ ਖੁਰਚਣੇ ਦੇ ਨਾਲ ਬੇਸਣ ਨੂੰ ਭੁੰਨਾਂਗੇ। ਬੇਸਣ ਨੂੰ ਆਪਾਂ ਉੱਨੀ ਦੇਰ ਭੁੰਨਣਾ ਹੈ ਜਿੰਨੀ ਦੇਰ ਇਹ ਘਿਓ ਨਾ ਛੱਡਣ ਲੱਗ ਜਾਵੇ ਅਤੇ ਇਸਦਾ ਜਿਹੜਾ ਕਲਰ ਆ ਚੇਂਜ ਹੋ ਜਾਵੇ, ਅਤੇ ਇਹਦੇ ਵਿੱਚ ਜਿਹੜਾ ਕੱਚਾਪਣ ਹੁੰਦਾ ਬੇਸਣ ਦੇ ਵਿੱਚ ਉਹ ਨਾ ਆਵੇ। ਜੇਕਰ ਬੇਸਣ ਦੇ ਵਿੱਚੋਂ ਕੱਚਾਪਣ ਆਉਣ ਲੱਗ ਜਾਏ ਤਾਂ ਆਪਣੀ ਜਿਹੜੀ ਡਿਸ਼ ਆ, ਕੁਛ ਵੀ ਬਣਾਉਣੀ ਆ, ਪੰਜੀਰੀ ਜਾਂ ਬਰਫੀ ਜਾਂ ਕੋਈ ਵੀ ਪਿੰਨੀ ਆ, ਕੁਛ ਵੀ ਜੋ ਬੇਸਣ ਦੇ ਆਪਾਂ ਚੀਜ਼ ਤਿਆਰ ਕਰਦੇ ਹਾਂ, ਜੇ ਉਹਦੇ ਵਿੱਚ ਕੱਚਾਪਣ ਆਵੇ ਤਾਂ ਸਵਾਦ ਜਿਹੜਾ ਆਪਣਾ ਉਹ ਖਰਾਬ ਹੋ ਜਾਂਦਾ। ਇਹਨੂੰ ਤਾਂ ਕਿ ਬੇਸਣ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਭੁੰਨਣਾ ਹੁੰਦਾ। ਆ ਦੇਖੋ ਬੇਸਣ ਜਿਹੜਾ ਆਪਣਾ ਇਹ ਘਿਓ ਛੱਡਣ ਲੱਗ ਗਿਆ, ਹੁਣ ਜਿਹੜਾ ਆਪਾਂ ਨੂੰ ਬੇਸਣ ਭੁੰਨਣਾ ਸੌਖਾ ਹੋ ਜੂਗਾ। ਬੇਸਣ ਜਿਹੜਾ ਫੁੱਲਾਂ ਲੱਗ ਗਿਆ ਘਿਓ ਦੇ ਵਿੱਚ, ਆ ਦੇਖੋ ਇਹਨੂੰ ਬਸ ਲਗਾਤਾਰ ਹਿਲਾਉਂਦੇ ਰਹਿਣਾ। ਸੇਕ ਆ ਜਿਹੜਾ ਆਪਾਂ ਇਹਨੂੰ ਹਾਈ ਨਹੀਂ ਕਰਨਾ, ਮੀਡੀਅਮ ਹੀ ਰੱਖਾਂਗੇ, ਲਗਾਤਾਰ ਹਿਲਾਉਂਦੇ ਰਹਿਣਾ। ਬੇਸਣ ਦਾ ਜਿਹੜਾ ਕਲਰ ਆ ਚੇਂਜ ਹੋਣ ਲੱਗ ਗਿਆ, ਹਲਕਾ ਜਿਹਾ ਅੱਗੇ ਨਾਲੋਂ ਜਿਹੜਾ ਇਹਦਾ ਕਲਰ ਆ ਚੇਂਜ ਹੋ ਗਿਆ। ਇਹ ਜਿਹੜੀਆਂ ਆਪਾਂ ਅਲਸੀ ਦੀਆਂ ਪਿੰਨੀਆਂ ਬਣਾਉਣ ਲੱਗੀਆਂ, ਇਹ ਆਪਣੀ ਸਿਹਤ ਲਈ ਬਹੁਤ ਹੀ ਵਧੀਆ। ਅਲਸੀ ਦੇ ਵਿੱਚ ਜਿਹੜਾ ਮੈਗਾ 3 ਪਾਇਆ ਜਾਂਦਾ, ਜੋ ਕਿ ਆਪਣੇ ਵੇਟ ਨੂੰ ਜਾਂ ਆਪਣੇ ਕਈ ਵਾਰੀ ਸਰੀਰ ਕਿਤੇ ਵੀ ਨਾੜਾਂ ਦੇ ਬਲੌਕ ਜਾਂ ਕਈ ਖੂਨ ਦਾ ਗਾੜਾ ਪਾਉਣਾ ਉਹਦੇ ਲਈ ਇਹ ਫਾਇਦੇਮੰਦ ਆ। ਇਹ ਸਰਦੀਆਂ ਦੇ ਵਿੱਚ ਯਾਨੀ ਕਿ ਜ਼ਰੂਰ ਅਲਸੀ ਦੀਆਂ ਪਿੰਨੀਆਂ ਜਾਂ ਅਲਸੀ ਦੀ ਪੰਜੀਰੀ ਬਣਾ ਕੇ ਖਾਣੀ ਚਾਹੀਦੀ ਆ। ਆਪਣੇ ਜੇ ਘਰਾਂ ਦੇ ਵਿੱਚ ਬੱਚੇ ਬਜ਼ੁਰਗ ਉਹਨਾਂ ਨੂੰ ਜ਼ਰੂਰ ਬਣਾ ਕੇ ਦੇਣੀ ਚਾਹੀਦੀ ਆ। ਬੇਸਣ ਆ ਜਿਹੜਾ ਆਪਣਾ ਭੁੱਜ ਕੇ ਤਿਆਰ ਹੋ ਗਿਆ, ਕਲਰ ਇਹਦਾ ਜਿਹੜਾ ਕਾਫੀ ਚੇਂਜ ਹੋ ਗਿਆ। ਹੁਣ ਆਪਾਂ ਬਿਲਕੁਲ ਜਿਹੜਾ ਲੋਅ ਕਰ ਦਿਆਂਗੇ ਗੈਸ ਨੂੰ। ਆ ਦੇਖੋ ਬੇਸਣ ਦਾ ਕਲਰ ਕਿੰਨਾ ਸੋਹਣਾ ਹੋ ਗਿਆ, ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਆ। ਬੇਸਣ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਅਤੇ ਗੈਸ ਨੂੰ ਹੁਣ ਆਪਾਂ ਜਿਹੜਾ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਜਿਹੜੀ ਆਪਣੀ ਅਲਸੀ ਆ, ਅਲਸੀ ਤਾਂ ਪਹਿਲਾਂ ਹੀ ਆਪਾਂ ਭੁੰਨ ਕੇ ਰੱਖੀ ਹੋਈ ਆ, ਉਸ ਨੂੰ ਸੇਕ ਲਵਾਉਣ ਦੀ ਕੋਈ ਲੋੜ ਨਹੀਂ। ਹੁਣ ਆਪਾਂ ਇੱਦਾਂ ਹੀ ਇਹਦੇ ਵਿੱਚ ਅਲਸੀ ਪਾ ਦੇਵਾਂਗੇ ਅਤੇ ਬਾਕੀ ਜਿਹੜੇ ਆਪਣੇ ਡਰਾਈ ਫਰੂਟ ਆ ਉਹ ਵੀ ਵਿੱਚ ਮਿਕਸ ਕਰ ਦੇਵਾਂਗੇ।
ਗੈਸ ਜਿਹੜਾ ਆਪਣਾ ਬੰਦ ਆ। ਅਲਸੀ ਦਾ ਪਾਊਡਰ ਜਿਹੜਾ ਆਪਾਂ ਬਣਾਇਆ ਹੋਇਆ, ਅਲਸੀ ਆਪਣੀ ਭੁੱਜੀ ਆ, ਇਹਨੂੰ ਇੱਦਾਂ ਹੀ ਆਪਾਂ ਜਿਹੜਾ ਬੇਸਣ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ, ਜਿਹੜਾ ਆਪਾਂ ਇਹਨੂੰ ਵਿੱਚ ਮਿਕਸ ਕਰ ਦੇਣਾ। ਅਲਸੀ ਦੀਆਂ ਜਿਹੜੀਆਂ ਪਿੰਨੀਆਂ ਹੈ ਬਹੁਤ ਹੀ ਸਵਾਦਿਸ਼ਟ ਬਣਦੀਆਂ, ਇਹਨਾਂ ਨੂੰ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਆ। ਇਹ ਅਲਸੀ ਜਿਹੜੀ ਆਪਾਂ ਤਕਰੀਬਨ, ਮੈਂ ਤਾਂ ਇਹਦੇ ਵਿੱਚ 250 ਗ੍ਰਾਮ ਹੀ ਪਾਈ ਆ, ਜੇ ਤੁਸੀਂ ਚਾਹੋ ਤਾਂ ਬੇਸਣ ਦੇ ਬਰਾਬਰ ਹੀ ਪਾ ਸਕਦੇ ਆ। 500 ਗ੍ਰਾਮ ਇਹ ਮੈਂ ਖਸਖਸ ਪੀਸੀ ਹੋਈ ਲਈ ਆ, ਪਹਿਲਾਂ ਖਸਖਸ ਨੂੰ ਪੀਸ ਲਿਆ ਸੀ, ਇਹ ਮਗ ਜਾ ਥੋੜ੍ਹੇ ਜਿਹੇ, ਇਹ ਬਰੀਕ ਕੱਟੇ ਹੋਏ ਬਦਾਮ, ਨਾਰੀਅਲ ਕੱਦੂਕਸ ਕੀਤਾ ਹੋਇਆ, ਕਾਜੂ ਬਰੀਕ ਕੱਟੇ ਹੋਏ। ਹੁਣ ਆਪਾਂ ਥੋੜ੍ਹੀ ਜਿਹੀ ਕਿਸ਼ਮਿਸ਼ ਸੌਗੀ ਪਾਵਾਂਗੇ। ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਬੇਸਣ ਦੇ ਵਿੱਚ ਮਿਕਸ ਕਰ ਦੇਵਾਂਗੇ ਸਾਰੇ ਸਮਾਨ ਨੂੰ। ਹਾਲੇ ਤਾਂ ਜਿਹੜਾ ਆਪਣਾ ਬੇਸਣ ਆ ਇਹ ਸਾਰਾ ਸਮਾਨ ਆ ਗਰਮ ਬਹੁਤ ਆ, ਹਲਕਾ ਜਿਹਾ ਇਹਨੂੰ ਠੰਡਾ ਕਰਾਂਗੇ 2 ਮਿੰਟ ਵਾਸਤੇ। ਸਮਾਨ ਜਿਹੜਾ ਆਪਣਾ ਮਿਕਸ ਹੋ ਗਿਆ, 2 ਮਿੰਟ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਸ਼ੱਕਰ ਮਿਲਾਵਾਂਗੇ। ਲਓ ਜੀ 2 ਮਿੰਟ ਬਾਅਦ ਆਪਾਂ ਇਸ ਨੂੰ ਮਿਕਸ ਕਰਨ ਤੋਂ ਬਾਅਦ ਜਿਹੜਾ ਇਹ ਹਲਕਾ ਜਿਹਾ ਠੰਡਾ ਹੋ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਇਹ ਕਿਲੋ ਸ਼ੱਕਰ ਲਈ ਆ, ਇਹ ਕਿਲੋ ਸਾਰੀ ਨਹੀਂ ਪਾਉਣੀ, ਇਹਦੇ ਵਿੱਚੋਂ ਮੈਂ 1/4 ਕੁ ਸ਼ੱਕਰ ਦੀ ਜਿਹੜੀ ਰੱਖ ਲੂੰਗੀ, ਇਹ 1/4 ਕੁ ਸ਼ੱਕਰ ਦੀ ਹੋਊਗੀ ਜਿਹੜੀ ਮੈਂ ਵਿੱਚੋਂ ਰੱਖ ਲਈ ਆ, ਅਤੇ 1/2 ਕਿਲੋ ਤੋਂ ਉੱਪਰ ਆ ਜਿਹੜੀ ਸ਼ੱਕਰ ਵਿੱਚ ਜਿਹੜੀ ਮਿਲਾਤੀ ਆ, ਕਿਉਂਕਿ ਸ਼ੱਕਰ ਜਿਹੜੀ ਥੋੜ੍ਹੀ ਜਿਹੀ ਘੱਟ ਮਿੱਠੀ ਹੁੰਦੀ ਆ। ਚਾਹੋ ਤਾਂ ਤੁਸੀਂ ਇਹਦੇ ਵਿੱਚ ਚੀਨੀ ਵੀ ਪੀਸ ਕੇ ਪਾ ਸਕਦੇ ਹਾਂ, ਜਾਂ ਬੂਰਾ ਖੰਡ ਜਿਹੜੀ ਹੁੰਦੀ ਦੇਸੀ ਖੰਡ ਉਹ ਵੀ ਆਪਾਂ ਪਾ ਸਕਦੇ ਹਾਂ, ਆਪਣੀ ਆਪਣੀ ਮਰਜ਼ੀ, ਆਪਣੀ ਆਪਣੀ ਪਸੰਦ ਆ, ਜੋ ਆਪਾਂ ਨੂੰ ਚੰਗਾ ਲੱਗਦਾ, ਚੀਨੀ ਜਾਂ ਬੂਰਾ ਖੰਡ। ਅਤੇ ਆਪਾਂ ਜਿਹੜੀ ਇਹ ਪਾਈ ਆ ਸ਼ੱਕਰ, ਸ਼ੱਕਰ ਹੀ ਜਿਹੜੀ ਇਹ ਆਪਾਂ ਨੂੰ, ਜਿਵੇਂ ਕਈਆਂ ਨੂੰ ਆਪਣੇ ਘਰਾਂ ਦੇ ਵਿੱਚ ਕੋਈ ਮੈਂਬਰ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਸ਼ੂਗਰ ਹੁੰਦਾ, ਉਹਨਾਂ ਲਈ ਜਿਹੜੀ ਸ਼ੱਕਰ ਆ ਇਹ ਬਹੁਤ ਹੀ ਵਧੀਆ, ਉਹ ਵੀ ਜਿਹੜੀਆਂ ਇਹ ਅਲਸੀ ਦੀਆਂ ਪਿੰਨੀਆਂ ਸ਼ੱਕਰ ਦੇ ਨਾਲ ਬਣਾਈਆਂ ਹੋਈਆਂ ਉਹ ਵੀ ਖਾ ਸਕਦੇ ਆ। ਲਓ ਜੀ ਇਹ ਸਾਰਾ ਮਿਸ਼ਰਣ ਆ ਜਿਹੜਾ ਆਪਣਾ ਰੈਡੀ ਹੋ ਚੁੱਕਿਆ, ਅਤੇ ਹਾਲੇ ਤਾਂ ਵੈਸੇ ਗਰਮ ਆ, ਦੇਖਦੇ ਹਾਂ ਜੇਕਰ ਪਿੰਨੀ ਬਣ ਕੇ ਤਿਆਰ ਹੁੰਦੀ ਹੈ ਤਾਂ ਆਪਾਂ ਬਣਾਵਾਂਗੇ, ਹਲਕਾ ਹਲਕਾ ਗਰਮ ਆ ਹਜੇ। ਆਪਾਂ ਪਿੰਨੀ ਬਣਾਉਣੀ ਜਿਹੜੀ ਸ਼ੁਰੂ ਕਰ ਦਿੱਤੀ ਆ, ਪਿੰਨੀ ਬਣ ਰਹੀ ਆ, ਬਹੁਤ ਹੀ ਸੋਹਣੀ ਪਿੰਨੀ ਦੀ ਜਿਹੜੀ ਬਣ ਕੇ ਸ਼ੇਪ ਤਿਆਰ ਹੋਊਗੀ। ਲਓ ਜੀ ਇੱਦਾਂ ਆਪਾਂ ਸਾਰੀਆਂ ਪਿੰਨੀਆਂ ਹੀ ਬਣਾ ਕੇ ਤਿਆਰ ਕਰ ਲਵਾਂਗੇ। ਇਹ ਆਪਾਂ ਅਲਸੀ ਦੀਆਂ ਪਿੰਨੀਆਂ ਬੇਸਣ ਦੇ ਵਿੱਚ ਬਣਾ ਕੇ ਜਿਹੜੀਆਂ ਸਾਰੀਆਂ ਤਿਆਰ ਕਰਾਂਗੇ। ਹਾਂਜੀ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਮੇਰੀ ਅਲਸੀ ਦੀਆਂ ਜਿਹੜੀਆਂ ਮੈਂ ਪਿੰਨੀਆਂ ਬਣਾਈਆਂ, ਮੇਰੇ ਅਲਸੀ ਦੀ ਪਿੰਨੀਆਂ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ? ਵਧੀਆ ਲੱਗਿਆ ਤਾਂ ਤੁਸੀਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੋ। ਲਓ ਜੀ ਪਿੰਨੀਆਂ ਆਪਣੀਆਂ ਰੈਡੀ ਹੋ ਗਈਆਂ, ਬਣ ਕੇ ਤਿਆਰ ਆ, ਬਹੁਤ ਹੀ ਵਧੀਆ ਬਹੁਤ ਹੀ ਸਵਾਦਿਸ਼ਟ ਪਿੰਨੀਆਂ ਜਿਹੜੀਆਂ ਆਪਾਂ ਬਣਾਈਆਂ। ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਲਾਈਕ ਅਤੇ ਕਮੈਂਟ ਕਰਿਆ ਜੋ। ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਮੇਰੇ ਚੈਨਲ ਨੂੰ
ਸਬਸਕ੍ਰਾਈਬ ਜ਼ਰੂਰ ਕਰਿਆ ਜੋ। ਚਲੋ ਠੀਕ ਆ ਜੀ, ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਤਬ ਤੱਕ ਲਈ ਸਤਿ ਸ਼੍ਰੀ ਅਕਾਲ, ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ। ਓਕੇ, ਬਾਏ ਬਾਏ।